फिर बनोटी यार नू गोली मरवाउंदा, खून रगां विच खोलदा जदों माणक गाउंदा, जदों माणक गाउंदा। जी हां, गल करांगे कुलदीप माणक हुणा दी। बार जा बंदा सिंह दी गाउंदे किंग फड़ के, जानी विच असमान दे जिवें बिजली कड़के, हाथ विच फड़ तलवार जा मुगलां नू ढाउंदा, खून रगां विच खोलदा जदों माणक गाउंदा। ਬਠਿੰਡਾ ਜ਼ਿਲ੍ਹਾ ਦੇ ਜਲਾਲ ਪਿੰਡ ਵਿੱਚ ਮੀਰਾ ਦੇ ਘਰ ਜਨਮੇ ਕੁਲਦੀਪ ਬਾਰੇ ਤਾਂ ਪਹਿਲਾਂ ਪਿੰਡ ਦੇ ਲੋਕਾਂ ਅਤੇ ਘਰ ਵਾਲਿਆਂ ਨੂੰ ਵੀ ਹੋਰਾ ਇਲਮ ਭਰ ਨਹੀਂ ਹੋਣਾ ਕਿ ਇਹ ਨਿੱਕੇ ਜਿਹੇ ਕੱਦ ਵਾਲਾ, ਮਾਰਚੂ ਜਿਹੇ ਸਰੀਰ ਵਾਲਾ ਤੇ ਚੰਚਲ ਮਨ ਵਾਲਾ ਕੁਲਦੀਪ ਪੰਜਾਬੀ ਗਾਇਕੀ ਦਾ ਕੀਮਤੀ ਮਾਣਕ ਬਣ ਕੇ ਬਹੁਤ ਵੱਡੇ ਕੱਦ ਵਾਲਾ ਗਾਇਕ ਕੁਲਦੀਪ ਮਾਣਕ ਬਣ ਜਾਵੇਗਾ। ਉਸਦੀ ਗਾਇਕੀ ਪੰਜਾਬੀ ਗਾਇਕੀ ਦੇ ਰੂਹ ਨੂੰ ਤਰੂ ਤਾਜ਼ੀ ਕਰਕੇ ਲੱਚਰ ਗਾਇਕੀ ਦਾ ਮੂੰਹ ਭੰਨ ਕੇ ਉੱਪਰ ਨਿਕਲੀ ਸੀ, ਜੋ ਅੰਬਰਾਂ ਨੂੰ ਛੂੰਦੀ ਛੂੰਦੀ ਲੋਕ ਦਿਲਾਂ ਦੇ ਅੰਦਰ ਆ ਲੈ ਗਈ ਸੀ। ਗੀਤਕਾਰ ਹਰਦੇਵ ਦਲਗੀਰ ਦੇ ਤਰੀਕਿਆਂ ਵਾਲਾ ਅਤੇ ਹੋਰ ਗੀਤਕਾਰਾਂ ਨੇ ਜਿਨ੍ਹਾਂ ਦੇ ਲਿਖੇ ਗੀਤ ਕਲੀਆਂ ਵਾਰਾਂ ਤੇ ਸਾਕੇ ਉਸਨੇ ਗਾਏ ਹਨ ਤੇ ਆਪਣੀਆਂ ਲਿਖਤਾਂ ਲਈ ਪੰਜਾਬੀ ਲੋਕ ਸਾਹਿਤ ਦੇ ਖਜ਼ਾਨੇ ਅੰਦਰ ਡੂੰਘੀਆਂ ਟੁੱਬੀਆਂ ਮਾਰ ਕੇ ਰਚਨਾਵਾਂ ਰਚੀਆਂ ਸਨ, ਜੋ ਗੀਤਕਾਰੀ ਦੇ ਪੱਖੋਂ ਉੱਤਮ ਸਨ, ਜੋ ਮਾਣਕ ਦੀ ਗਾਇਕੀ ਦਾ ਸ਼ਿੰਗਾਰ ਬਣੀਆਂ। ਇਹਨਾਂ ਗੀਤਾਂ ਅੰਦਰਲੀ ਪਾਕ ਰੂਹ ਨੇ ਮਾਣਕ ਦੇ ਦਿਲ ਖਿੱਚਵੀਂ ਆਵਾਜ਼ ਨਾਲ ਇਕਮਿਕ ਹੋ ਕੇ ਲੋਕਾਂ ਅੰਦਰ ਚਿਰਾਂ ਤੋਂ ਤ੍ਰਿਪਤ ਪਈ ਲੋਕ ਗਾਇਕੀ ਦੀ ਭੁੱਖ ਨੂੰ ਪੂਰਨ ਤ੍ਰਿਪਤੀ ਦਿੱਤੀ। ਦਿਨਾਂ ਵਿੱਚ ਹੀ ਕੁਲਦੀਪ ਮਾਣਕ ਪੰਜਾਬੀ ਗਾਇਕੀ ਦਾ ਧਰੂ ਤਾਰਾ ਬਣ ਗਿਆ। ਉਸਦੀ ਤੂੰਬੀ ਦਾ ਧੁਨਕਾਰ, ਦਮਦਾਰ ਉੱਚੀ ਤੇ ਮਿੱਠੀ ਆਵਾਜ਼ ਪੰਜਾਬੀ ਸੱਭਿਆਚਾਰ ਦੀ ਫਿਜ਼ਾ ਵਿੱਚ ਫੈਲ ਗਈ, ਜਿਸ ਨੂੰ ਸੁਣ ਕੇ ਲੋਕ ਅਸ਼ਸ਼ ਕਰ ਉੱਠੇ ਅਤੇ ਮਾਣਕ ਦੀ ਗਾਇਕੀ ਦੇ ਦੀਵਾਨੇ ਹੋ ਗਏ। ਮਾਣਕ ਦੀ ਗਾਇਕੀ ਨੇ ਲੋਕਾਂ ਨੂੰ ਢਾਡੀਆਂ ਦੀਆਂ ਵਾਰਾਂ, ਕਵਿਸ਼ਰਾਂ ਦੀਆਂ ਕਵਿਸ਼ਰੀਆਂ, ਕਲੀਆਂ ਦੇ ਅਤਿ ਉੱਤਮ ਦਿਨ ਯਾਦ ਕਰਵਾ ਦਿੱਤੇ ਤੇ ਘਟੀਆ ਕਿਸਮ ਦੇ ਦੋ ਗਾਣਿਆਂ ਕਾਰਨ ਸ਼ਰਮਿੰਦਗੀ ਝੜ ਰਹੇ ਸਜਿੰਦਾ ਪੰਜਾਬੀਆਂ ਨੂੰ ਪੰਜਾਬੀਆਂ ਨੇ ਸੁੱਖ ਦਾ ਸਾਹ ਲਿਆ। ਦੁਨੀਆਂ ਦੇ ਮਹਾਨ ਚਿੰਤਕ ਕਾਰਲ ਮਾਰਕਸ ਨੇ ਆਪਣੀ ਤਬਦੀਲੀ ਦੇ ਸਿਧਾਂਤ ਵਿੱਚ ਲਿਖਿਆ ਸੀ ਕਿ ਆਉਣ ਵਾਲੇ ਇਨਕਲਾਬ ਦਾ ਬੱਚਾ ਤਬਦੀਲ ਕੀਤੀ ਜਾਣ ਵਾਲੀ ਸਥਾਪਤੀ ਦੇ ਪੇਟ ਵਿੱਚ ਹੀ ਪਲਦਾ ਹੈ ਅਤੇ ਸਥਾਪਤੀ ਦੇ ਅੰਦਰ ਹੀ ਵੱਧਦਾ ਫੁੱਲਦਾ ਹੈ। ਠੀਕ ਇਸ ਸਮੇਂ ਵੀ ਪੰਜਾਬੀ ਗਾਇਕੀ ਦੇ ਅੰਦਰ ਅਜਿਹਾ ਹੀ ਵਾਪਰਿਆ ਸੀ। ਕੁਲਦੀਪ ਮਾਣਕ ਵੀ ਪਹਿਲਾਂ ਦੋ ਗਾਣਿਆਂ ਦੀ ਗਾਇਕੀ ਕਰਨ ਵਾਲੇ ਗਾਇਕਾਂ ਨਾਲ ਆਪਣੇ ਗਾਣੇ ਇਕੱਲਿਆਂ ਗਾਉਂਦਾ ਰਿਹਾ, ਸਿੱਖਦਾ ਰਿਹਾ ਤੇ ਸਟੇਜਾਂ ਚਲਾਉਂਦਾ ਰਿਹਾ ਤੇ ਆਪਣੇ ਪੇਟ ਦਾ ਗੁਜ਼ਾਰਾ ਕਰਦਾ ਰਿਹਾ। ਦੋ ਗਾਣੇ ਗਾਉਣ ਵਾਲੇ ਉਸ ਸਮੇਂ ਦੇ ਵੱਡੇ ਵੱਡੇ ਗਾਇਕਾਂ ਨੂੰ ਇਹ ਪਤਾ ਨਹੀਂ ਸੀ ਕਿ ਇਹ ਨਿੱਕਾ ਜਿਹਾ ਤੂੰਬੀ ਤੇ ਗਾਉਣ ਵਾਲਾ ਸਹਾਇਕ ਕਲਾਕਾਰ ਸਾਨੂੰ ਗਾਇਕੀ ਦੇ ਹਾਸ਼ੀਏ ਤੋਂ ਪਰੇ ਤੱਕ ਦੇਵੇਗਾ ਅਤੇ ਪੰਜਾਬ ਦੇ ਸੱਭਿਆਚਾਰਕ ਫਿਜ਼ਾ ਵਿੱਚ ਇੱਕ ਮਿੱਕ ਹੋ ਜਾਵੇਗਾ। ਲੋਕ ਗਾਥਾਵਾਂ ਦਾ ਪਹਿਲਾ ਰਿਕਾਰਡ ਆਉਣ ਨਾਲ ਹੀ ਪੰਜਾਬੀ ਗਾਇਕੀ ਦੇ ਅੰਦਰ ਮਾਣਕ ਦੀ ਵਾਹ ਵਾਹ ਹੋਣ ਲੱਗ ਪਈ ਸੀ। ਉਸ ਦੀਆਂ ਕਲੀਆਂ ਪੰਜਾਬ ਦੇ ਹਰ ਬੱਚੇ, ਬੁੱਢੇ ਅਤੇ ਨੌਜਵਾਨਾਂ ਦੇ ਦਿਲਾਂ ਵਿੱਚ ਮਿੱਠਾ ਰਸ ਬਣ ਕੇ ਉਤਰ ਗਈਆਂ ਸਨ। ਮਾਣਕ ਦਾ ਆਪਣੀ ਬੋਲਚਾਲ ਤੇ ਗਾਉਣ ਦੀ ਭਾਸ਼ਾ ਉੱਤੇ ਪੂਰਾ ਕਾਬੂ ਸੀ। ਉਹ ਗਾਉਂਦਾ ਗਾਉਂਦਾ ਸ਼ਬਦਾਂ ਨੂੰ ਅਰਥ ਭਰਪੂਰ ਕਰ ਦਿੰਦਾ ਸੀ। ਘਰਾਂ ਵਿੱਚ ਕੰਮ ਕਰਦਿਆਂ ਅਤੇ ਖੇਤਾਂ ਵਿੱਚ ਕੰਮ ਕਰਦੇ ਕਾਮੇ, ਕਿਸਾਨ ਸਪੀਕਰਾਂ ਵਿੱਚ ਵੱਜਦੀਆਂ ਲੋਕ ਗਾਥਾਵਾਂ ਨੂੰ ਆਪਣੇ ਕੰਮ ਧੰਦੇ ਛੱਡ ਕੇ ਸੁਣਦੇ ਅਤੇ ਉਹਨਾਂ ਦੇ ਨਾਲ ਨਾਲ ਗਾਉਣ ਲੱਗ ਜਾਂਦੇ ਸਨ। ਪੰਜਾਬੀਆਂ ਨੂੰ ਇੰਜ ਮਹਿਸੂਸ ਹੋਇਆ ਜਿਵੇਂ ਉਹਨਾਂ ਨੂੰ ਆਪਣੀ ਰੂਹ ਦੀ ਖੁਰਾਕ ਮਿਲ ਗਈ ਹੋਵੇ। ਲੋਕ ਮਾਣਕ ਦੀਆਂ ਗਲੀਆਂ ਅਤੇ ਵਾਰਾਂ ਸੁਣ ਕੇ ਬਾਗੋ ਬਾਗ ਹੋ ਜਾਂਦੇ ਸਨ। ਉਸ ਸਮੇਂ ਦੋ ਗਾਣਾ ਗਾਇਕੀ ਕਰਦਿਆਂ ਕਰਦਿਆਂ ਬਹੁਤ ਸਾਰੇ ਗਾਇਕਾਂ ਨੇ ਸੋਲੋ ਗਾਇਕੀ ਨੂੰ ਕਰਨੀ ਸ਼ੁਰੂ ਕਰ ਦਿੱਤੀ, ਜਿਨ੍ਹਾਂ ਵਿੱਚੋਂ ਕੁਝ ਗਾਇਕਾਵਾਂ ਨੇ ਚੰਗੇ ਸੋਲੋ ਗੀਤ ਵੀ ਗਾਏ
उस समय लोक गायक सुरेंद्र शिंदा भी सोलो गायक अंदर अपनी बुलंद आवाज लेके हाजिर होया सी, जिस नाल पंजाब अंदर दो गाना गायकी दी थां सोलो गायकी भारू होई अते बहुत सारे होर नवे सोलो गायक गायिकावां अते गीतकारां इस खेतर विच आ शामिल होए। दो गाना गायकी दे मुकाबले सोलो गायकी शहरां विच बहुत ज्यादा पसंद कीती गई। स्पीकरां टेप रिकॉर्डां राहीं पंजाबी गीत ते संगीत पिंडां ते शहरां अंदर प्रवेश कर टेप रिकॉर्डां राहीं पंजाबी गीत दे संगीत पिंडां दे शहरां अंदर प्रवेश कर गया। करांदर केवल हिंदी गीत चलाउन वालियां ने भी उस समय नवे पंजाबी गीत सुनने पसंद कीते, जिस कारण जनगणना अंदर मां बोली हिंदी लिखवाउन वालियां अंदर भी पंजाबी मां बोली प्रति मोह जागिया ते पंजाबी भाषा उन्होंने मां भाषा वजो स्वीकार करनी शुरू कीती। बेशक पंजाबी मां बोली प्रति चेतना पैदा करन दा मुढ़ला काम केंद्री पंजाबी लेखक सभावां पंजाब अंदरलियां ते पंजाबों बाहरलियां साहित सभावां सभ्याचारक संस्थावां कुछ राजनीतिक पार्टियां अखबारां रसालियां रेडियो टीवी ने भी कीता सी, पर माणक वालों गाई बुलंद सोलो गायकी दी सफलता दे ने नवे नवे गायक अते गीतकार पैदा कीते जो पंजाबी भाषा दे फैलाओ विच वड्डा सबब बन गए। इस सोलो गायकी नाल पंजाबी मां बोली दा दायरा पंजाबियां अते गैर पंजाबियां अंदर फैल गया। मां बोली पंजाबी प्रति हेज विच वाधा होया, जिस नाल पंजाबी मां बोली लिखवाउण वालियां दी गिनती विच वाधा होया, जिस कारण कुलदीप माणक दी इस मां बोली नूं दित्ती गई देन ते गीतकारां दी गीतकारी अते गीतां अंदर पटियाला संगीत घराने दीआं संगीतक धुनां ने ओप गायकी नाल इकमिक हो के भारत अंदर ही नहीं सगो विश्व पद्धर ते मान खटिया ते प्रसिद्धि हासिल कीती। इस काल नूं पंजाबी गायकी ने सुनहरी काल वजों स्वीकारिया। दुनिया विच पंजाबी गायकी दा डंका वज्या, जिस नाल पंजाबी भाषा दा भी मान वध्या। इस सब कुछ कुलदीप माणक अते उसदे साथियां दी देन मार्गदर्शक सी। सो दोस्तों कुछ ए भाग तुहाडे अगे रख्या कि कुलदीप माणक साहब दा भाषा ते सभ्याचार नूं की देन सीगा, इस बारे असी अध्ययन कीता। इसे तरह तुहानू समय समय दे उत्ते पंजाब ते पंजाबीयत बारे जां पंजाबी गायकी बारे होर विशेष गल्लां बातां तुहाडे नाल करांगे। इस दे नाल ही इजाजत दिओ हुण लई ते जल्द नवी वीडियो लैके तुहाडे रूबरू होवांगे। सबसक्राइब कर लो चैनल साडा पंजाबी विरसा चैनल ताकि तुहानू समय समय दे उत्ते अपडेट्स दिंदे रहिए। धन्यवाद दोस्तों। Ba da 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 di ba de ba de za ba de za ga da da di ba ga ma de di ba.